जिसे लेखक ने लिखे है कि नी तू सच्ची मुची सियाला वाली हीर लगदी, शोभा सिंह दी बनाई तस्वीर लगदी। दोस्तों कहंदे हुंदे ने कि कला दा कोई मुल नहीं हुंदा, हर इंसान दे विच परमात्मा ने कोई ना कोई गुण जरूर दिता हुंदा। एक ऐसे ही फनकार नूं तुहाडे अगे रूबरू करन जा रहे हां जो कि एक चित्रकार एक पेंटिंग दे वजों इंसानां दे अगे उभर के सामने आए हन। पंजाबी रंग टीवी दी टीम शहर टांडा जिला होशियारपुर पंजाब दे विच पुजी है जिथे एक ऐसे पेंटर ऐसियां पेंटिंगां ऐसे ड्रैंक चित्रकार नाल तुहानूं मनाउण जा रहे हां जिसदियां कलावां जिसदी कला जिसदा फनकार जिसदे गुण देख के तुसीं जरूर व जरूर मुतासर होवोगे। एक ऐसियां तस्वीरां तुहाडे अंगे पेश करन जा रहे हां जो कि इंसान ने अपने गुण नाल अपने मेहनत नाल उन्हां तस्वीरां दे विच रंग भरिया है। सो आओ मिलाने हां ऐसे फनकार नाल। श्री अकाल दोस्तों, पंजाबी रंग टीवी दे उत्ते तुहाडा बहुत बहुत स्वागत है। मैं हरप्रीत सिंह, आप अज पुजे शहर टांडा दे विच जिथे एक साडे वीर बहुत ही वधिया कलाकारी करदे हैगे आ। और सानू पता है कि जिहड़ा पंजाब आ एक कलाकारां दा देश आ, इत्थे वख वख कलाकार पाए जांदे आ। उसे कलाकारी दे विचों एक आ साडे वीर आप शहर टांडे तो नरिंदर जी दे कोल पुजे हैगे जो अपनी कला बारे सानू जानकारी देणगे। ਸਾਡੇ ਪੰਜਾਬੀ ਰੰਗ ਟੀਵੀ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਰਿੰਦਰ ਜੀ। ਆਪਾਂ ਅੱਜ ਤੁਹਾਡੀ ਕਲਾਕਾਰੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ, ਆਪਣੇ ਦਰਸ਼ਕ ਵੀਰਾਂ ਦੱਸਣਾ ਚਾਹੁੰਦੇ ਹਾਂ ਕਿ ਆਪਾਂ ਇਸ ਕਲਾਕਾਰੀ ਦੇ ਵਿੱਚ ਆਉਣ ਦਾ ਕੀ ਮੋਟਿਵ ਸੀ ਜੀ। ਮੈਂ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ ਨਾਲ ਮੈਨੂੰ ਕਲਾ ਦਾ ਸ਼ੌਂਕ ਸੀਗਾ। ਪਹਿਲਾਂ ਛੋਟੇ ਹੁੰਦੇ ਡਰਾਇੰਗ ਬਣਾਉਣੀ, ਫਿਰ ਟੀਚਰਾਂ ਨੇ ਖੁਸ਼ ਹੋ ਜਾਣਾ ਸਕੂਲ ਟਾਈਮ ਜਿੱਦਾਂ ਆਪਾਂ ਡਰਾਇੰਗ ਬਣਾਉਂਦੇ ਹੁੰਦੇ ਸੀਗੇ ਅਤੇ ਟੀਚਰਾਂ ਨੇ ਵੀ ਇਹੀ ਕਹਿਣਾ ਕਿ ਤੂੰ ਆਰਟ ਕਲਾਕਾਰ ਹੀ ਬਣਨਾ ਆ, ਤੇਰੀ ਡਰਾਇੰਗ ਬਹੁਤ ਵਧੀਆ ਹੈ। ਅਤੇ ਜਿੱਦਾਂ ਕਹਿੰਦੇ ਉਹਦੇ ਨਾ ਇੱਕ ਮੂਰਤੀਕਾਰ ਨੂੰ ਜਿੱਦਾਂ ਇੱਕ ਤਰਾਸ਼ਿਆ ਜਾਂਦਾ ਹੈ ਜਿੱਦਾਂ ਜਾਂ ਇੱਕ ਸੁਨਿਆਰਾ ਸੋਨੇ ਨੂੰ ਤਿਆਰ ਕਰਦਾ, ਉਸੇ ਤਰ੍ਹਾਂ ਮੇਰੇ ਦਿਮਾਗ ਦੇ ਵਿੱਚ ਵੀ ਸੀ ਮੈਂ ਕਲਾਕਾਰ ਹੀ ਬਣਨਾ ਹੈ। ਸੋ ਮੈਂ ਪਲੱਸ ਟੂ ਕਰਨ ਤੋਂ ਬਾਅਦ ਫਿਰ ਮੈਂ ਫਾਈਨ ਆਰਟ ਵਿਸ਼ਾ ਚੁਣਿਆ, ਫਾਈਨ ਆਰਟ ਦੇ ਵਿੱਚ ਮੈਂ ਇਹਦੇ ਵਿੱਚ ਪੜ੍ਹਾਈ ਕੀਤੀ ਸੀ ਆਪਣੀ। ਓਕੇ, ਆਪਣੀ ਸਾਡੀ ਇਸ ਕਲਾਕਾਰੀ ਦਾ ਜਾਂ ਇਸ ਚਿੱਤਰਕਾਰੀ ਦੇ ਰੂਪ ਦੇ ਵਿੱਚ ਆਉਣ ਲਈ ਔਰ ਸਾਨੂੰ ਸਾਡੇ ਦਿਮਾਗ ਦੇ ਵਿੱਚ ਕਦੋਂ ਤੋਂ ਗੱਲ ਆਈ ਕਿ ਆਪਾਂ ਇਸ ਨੂੰ ਆਪਣਾ ਪ੍ਰੋਫੈਸ਼ਨ ਚੁਣਨਾ ਹੈ? 7-8 ਸਾਲ ਦਾ ਸੀਗਾ ਜਦੋਂ ਮੈਂ ਬਣਾਉਣ ਲੱਗ ਪਿਆ ਸੀਗਾ। ਜਿੱਦਾਂ ਪਹਿਲਾਂ ਮੈਂ ਕਦੀ ਗਣੇਸ਼ ਦੀ ਮੂਰਤੀ ਬਣਾਉਂਦਾ ਨਹੀਂ ਡਰਾਇੰਗ ਦੇ ਨਾਲ, ਕਦੀ ਗੁਰੂ ਨਾਨਕ ਦੇਵ ਜੀ ਦੀ ਬਣਾਉਂਦਾ ਨਹੀਂ ਤਸਵੀਰ। ਇੱਦਾਂ ਇੱਕ ਗੋਡ ਗਿਫਟ ਵੀ ਕਹਿ ਸਕਦੇ ਹਾਂ ਪਰਮਾਤਮਾ ਦਾ, ਪਰ ਆਪਣੇ ਇਨਸਾਨ ਨੂੰ ਬਣਾ ਕੇ ਜਦੋਂ ਪਰਮਾਤਮਾ ਭੇਜਦਾ ਆ, ਹਰ ਬੰਦੇ ਵਿੱਚ ਮੇਰੀ ਇਹ ਸੋਚ ਆ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਲਾਕਾਰੀ ਜ਼ਰੂਰ ਹੁੰਦੀ ਆ, ਉਹਨੂੰ ਬਸ ਪਹਿਚਾਣਨ ਦੀ ਲੋੜ ਆ ਔਰ ਸਿੱਖਣ ਦੀ ਲੋੜ ਆ। ਕਿ ਆਪਾਂ ਇਸ ਕਲਾਕਾਰੀ ਦੇ ਵਿੱਚੋਂ ਕਿਸੇ ਨੇ ਸਾਨੂੰ ਇਸ ਕਲਾਕਾਰੀ ਦੇ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਸੀਗਾ ਜਾਂ ਆਪਣੀ ਸੋਚ ਸੀਗੀ ਕਿ ਮੈਂ ਇਸ ਕਲਾਕਾਰੀ ਦੇ ਵਿੱਚ ਹੀ ਆਉਣਾ? ਹਾਂ, ਮੇਰਾ ਇੱਕ ਕਜ਼ਨ ਬ੍ਰਦਰ ਸੀਗਾ, ਉਹ ਬੋਂਬੇ ਤੋਂ ਸੀਗੇ। ਉਦੋਂ ਬੋਂਬੇ ਵਿੱਚ ਜਿੱਦਾਂ ਮਹਾਰਾਸ਼ਟਰ ਵਿੱਚ ਗਣੇਸ਼ ਦੀ ਪੂਜਾ ਜ਼ਿਆਦਾ ਹੁੰਦੀ ਆ, ਉਹ ਇੱਥੇ ਛੁੱਟੀਆਂ ਮਤਲਬ ਆਉਂਦੇ ਹੁੰਦੇ ਸੀ ਪੰਜਾਬ ਘੁੰਮਣ, ਫਿਰ ਉਹਨੇ ਬਣਾਉਣਾ। ਮੈਂ ਉਦੋਂ ਬਹੁਤ 5ਵੀਂ ਕਲਾਸ 'ਚ ਸੀਗਾ, ਮੈਂ ਉਹਨੂੰ ਦੇਖਦਾ ਰਹਿਣਾ ਬਣਾਉਣਾ ਹੀ ਆ। ਉਹਨਾਂ ਦੀ ਹੁਣ ਡੈਥ ਹੋ ਗਈ ਆ ਮਤਲਬ ਭੱਜ ਦੀ, ਅਤੇ ਉਹਨਾਂ ਤੋਂ ਮੈਨੂੰ ਲੱਗਦਾ ਕਿ ਮੈਨੂੰ ਥੋੜ੍ਹਾ ਰਸਤਾ ਜਿੱਦਾਂ ਕਹਿਣ ਦਾ ਮਤਲਬ ਜਾਂ ਗਿਆਨ ਪ੍ਰਾਪਤ ਹੋਇਆ, ਉਹਨਾਂ ਤੋਂ ਦੇਖ ਦੇਖ ਕੇ ਮੈਂ ਵੀ ਬਣਾਉਣੀ ਆ, ਸਿੱਖ ਗਿਆ, ਫਿਰ ਇਹਦੇ ਵਿੱਚ ਅੱਗੇ ਵੱਧਦਾ ਗਿਆ। ਅੱਜ ਮੈਨੂੰ ਕਾਫੀ ਇਹਦੇ ਵਿੱਚ ਅਚੀਵਮੈਂਟ ਹਾਸਲ ਹੋਈ ਆ ਔਰ ਲੋਕਾਂ ਦਾ ਬਹੁਤ ਧੰਨਵਾਦ ਆ ਜਿਹੜੇ ਮੈਨੂੰ ਪਸੰਦ ਕਰਦੇ ਆ, ਮੇਰੀਆਂ ਕਲਾਕਾਰੀਆਂ ਨੂੰ ਪਸੰਦ ਕਰਦੇ ਆ, ਸਪੈਸ਼ਲੀ ਟਾਂਡੇ ਦੇ ਕੁਝ ਲੋਕ ਜਿਨ੍ਹਾਂ ਨੇ ਮੈਨੂੰ ਇਸ ਇਹਦੇ ਵਿੱਚ ਅੱਗੇ ਵਧਣ ਦੇ ਲਈ ਹੌਸਲਾ ਦਿੱਤਾ। ਮੈਂ ਸੁਣਿਆ ਸੀਗਾ ਕਿ ਪਿੱਛੇ ਜੇ ਤੁਸੀਂ ਇੱਕ ਬੱਚਿਆਂ ਦਾ ਬਹੁਤ ਵਧੀਆ ਫਾਈਨ ਆਰਟ ਦਾ ਕਰਵਾਇਆ ਪ੍ਰੋਗਰਾਮ ਕਰਾਇਆ ਸੀਗਾ, ਉਸ ਪ੍ਰੋਗਰਾਮ ਨੂੰ ਕਰਾਉਣ ਲਈ ਤੁਹਾਡਾ ਕੀ ਮੋਟਿਵ ਸੀਗਾ? ਮੇਰਾ ਇਹ ਮੋਟਿਵ ਸੀਗਾ ਕਿ ਟਾਂਡੇ ਦੇ ਵਿੱਚ, ਟਾਂਡਾ ਇੱਕ ਕਸਬਾ ਆ, ਬਹੁਤਾ ਮਤਲਬ ਸ਼ਹਿਰ ਨਹੀਂ ਬਹੁਤ ਵੱਡਾ, ਜਿੱਦਾਂ ਵੱਡੇ ਵੱਡੇ ਸ਼ਹਿਰਾਂ 'ਚ ਪ੍ਰੋਗਰਾਮ ਹੁੰਦੇ ਆ, ਮੇਰਾ ਇਹ ਸੀਗਾ ਵੀ ਟਾਂਡੇ ਦੇ ਛੋਟੇ ਛੋਟੇ ਕਲਾਕਾਰ ਚੁਣੀਏ, ਹਰ ਬੱਚੇ 'ਚ ਕੋਈ ਨਾ ਕੋਈ ਕਲਾਕਾਰੀ ਆ, ਔਰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਚਾਹੀਦਾ ਸੀ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਇਹਨਾਂ ਕਲਾਕ੍ਰਿਤੀਆਂ ਵੱਲ ਵੀ ਜ਼ੋਰ ਦੇਣਾ ਚਾਹੀਦਾ ਆ ਕਿ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ, ਕਿਉਂਕਿ ਜਿਹੜੀ ਬੱਚਿਆਂ ਵਾਲੀ ਉਮਰ ਹੁੰਦੀ ਆ ਇਹਦੇ ਵਿੱਚ ਅਸੀਂ ਜ਼ਿੰਦਗੀ 'ਚ ਬਹੁਤ ਕੁਝ ਸਿੱਖ ਸਕਦੇ ਹਾਂ।
की वो प्रोग्राम करवाने के ढा किसी एन आर आई संस्था ने किसी एन आर आई वीर ने किसी सरकारी जिहड़े मुलाजम उन्होंने कोई बांह फड़ी हो मैं शुरुआत तो देखो कल ही करनी पैंदी है शुरुआत दे विच बंदा कल्ला ही चलता है फिर बाद चो जदों लोगों को पता लगता भी हाँ बंदे च कोई गलबात हैगी है फिर लोग अपने आप साथ देंदे आ मैं जो शुरुआत की सी मैं लॉयन क्लब के कुछ मैंबर नाल गया सी उन्हां मैं गलबात की उन्होंने मेरा कंसैप्ट वधिया लगा पहली प्रदर्शनी मैं टांडे विच ही अपनी लगाई सी उस प्रदर्शनी दे नाल मैनूं बहुत हौसला मिलिया और एक मैडम आ इंद्रजीत नंदन जदों उन्हां नूं पता लग्गा कि मैं हैंडीकैप्ट आ पेंडिंग बनाना आ और उन्होंने मैनूं दिव्यांग कला अवार्ड फंक्शन दे विच मैनूं अवार्ड दवाया थैंक यू करदा मैं इंद्रजीत नंदन का बहुत ही वधिया इंसान आ जो मैं उन्होंने मिलिया जो कहते होंगे ना भी अपने तो बड़िया देख के नहीं जीना चाहिए अपने तो थले वाले भी देख के जीना चाहिए आ कई वेले बंदा बहुत जिंदगी नाराज हो जाता मैं मेरे तो वो नहीं सगा आप एक्सक्यूज़ करते हैं मेरे तो आ नहीं सी मेरे तो वो नहीं सी आप बहाने लभदे हाँ मैं आ नहीं कर सकियाँ असं सब कुछ कर सकते हैं बस हिम्मत होनी चाहिए आ परमात्मा भी वह साथ दिता है जोड़ा जिंदगी करता है जिहड़े तुसीं मैडम दी गल करदे पए आ नरेंद्र कौर नंदन वो कित्थों आ जी हुशियारपुर दे हैगे आ उन्हां नूं मतलब नैशनल अवार्ड मिले हुए आ ते उन्हां नूं जदों मेरे बारे पता लग्गा उन्होंने मैनूं बहुत हौसला दिता कि नरेंद्र तू अगे वध तू बहुत कुछ कर सकदा आ मैं बार बार उन्हां दा ही थैंक यू करना चाहुंदा आ मैडम इंद्रजीत नंदन दोस्तों आपां तुहानूं दसना चाहांगे कि इह साडे जो वीर आ आपां इक तंदरुस्त हो के भी बड़े बड़े काम करन तों झिझकदे हैगे आ ये वीर दे जे आपां गल करिए हैंडीकैप्ट हैगे आ इन्हां दे पैरां दी जो मैं तुहानूं बाद चो वीडियो भी शोर च दिखा दांगे कि इन्हां दे जो पैर आ उह बाकी लोकां तों अलग आ ते ये हैंडीकैप्ट हो के भी एक जिंदगी दे विच कुछ वड्डा करना चाहुंदे आ ते आपां तंदरुस्त हो के भी काम नूं नकारी जांदे आ आपां नूं इदां दे वीरां दे कोलों सेध लैणी चाहीदी आ चलो आपां हुण अगले सवाल ते गल करदे आ कि आपां इस कलाकारी नूं पंजाब दे विच ही जां अपने शहर टांडा विच ही सीमित रखिआ जां इस तों बाहर भी लैके जा चुके आ नहीं मैं अपनी आर्ट नूं यूपी चंडीगढ़ हरियाणा दिल्ली काफ़ी जगह ते मैं अपनी पेंटिंगां लै चुके आ और बहुत पंजाब तों बाहर निकल के पता लगता आ कि कलाकारां नूं बहुत ही ज़्यादा प्यार दिंदे आ लोग पंजाब च कुछ के परसन लोग आ जिहड़े आर्ट नूं कुछ समझदे नहीं गे पर बाहर निकल के आर्टिस्टां दी जो कदर आ जो बुक्कत बाहर जाके पैंदी आ मैं कहना चाहवांगा पंजाब वालियां नूं भी कि पंजाब वालियां नूं भी कलाकार नूं हौसला अफजाई देनी चाहीदी आ तां कि उहनां नूं नैगेटिव नहीं करना चाहीदा कई वाले जिंदगी च उतार चढ़ा आउंदे आ पर नैगेटिव बंदिआं नूं देख के आपां नूं भी मैं कलाकारां नूं भी कहना चाहवांगा भी जिंदगी च नैगेटिव नहीं होना चाहीदा पॉजिटिव ही सोचना चाहीदा आ हौसले बुलंद होणगे ते असीं अपनी मंजिल नूं जल्दी पा सकदे आ जिद्दां कि अपनी कला प्रदर्शनी लगाउंदे हैगे आ ਆਪਾਂ ਵੱਖ ਵੱਖ ਟੀ ਵੀ ਚੈਨਲਾਂ ਦੇ ਉੱਤੇ ਫੇਸਬੁੱਕ 'ਤੇ ਨੈੱਟ 'ਤੇ ਸੋਸ਼ਲ ਮੀਡੀਆ 'ਤੇ ਦੇਖਦੇ ਰਹੇ ਕਿ ਵੱਖ ਵੱਖ ਤਰ੍ਹਾਂ ਉੱਤੇ ਇਹਦੀ ਪ੍ਰਦਰਸ਼ਨੀ ਲੱਗਦੀ ਹੈ ਕਿ ਤੁਹਾਡੀ ਪ੍ਰਦਰਸ਼ਨੀ ਵੀ ਕਿਤੇ ਲੱਗੀ ਹੈ ਅਜੇ ਤੱਕ ਮੇਰੀ ਪ੍ਰਦਰਸ਼ਨੀਆਂ ਦੇ ਵਿੱਚ ਪਾਰਟੀਸਪੇਟ ਤਾਂ ਆਪਾਂ ਕਰਦੇ ਰਹਿੰਦੇ ਹਾਂ ਪਰ ਪਿੱਛੇ ਜੇ ਮੈਂ ਔਨਲਾਈਨ ਪੇਂਟਿੰਗ ਪਾਈ ਸੀਗੀ ਵਰਲਡਸ ਆਰਟਿਸਟ ਉਹਦੇ ਵਿੱਚ ਵੀ ਮੇਰੀ ਪੇਂਟਿੰਗ ਸਿਲੈਕਟ ਹੋ ਗਈ ਆ ਮਤਲਬ ਪੂਰੇ ਵਰਲਡ ਦੇ ਵਿੱਚ ਉਹਦੇ ਵਿੱਚ ਕਲਾਕਾਰ ਪਾਰਟੀਸਪੇਟ ਕਰਦੇ ਆ ਅਤੇ ਮੇਰੀ ਪੇਂਟਿੰਗ ਜੀਨੀਸ ਵਰਲਡ ਪੇਂਟਿੰਗ ਦੇ ਵਿੱਚ ਮੈਨੂੰ ਸਰਟੀਫਿਕੇਟ ਮਿਲ ਚੁੱਕਿਆ ਓਕੇ ਓਕੇ ਕੀ ਇਹ 'ਚ ਇਸ ਕਲਾਕਾਰੀ ਦੇ ਵਿੱਚ ਅੱਜ ਤੱਕ ਕੋਈ ਵੱਡੇ ਵੱਡੇ ਕੰਪੀਟੀਸ਼ਨਾਂ ਵਿੱਚ ਹਿੱਸਾ ਲਿਆ ਅਤੇ ਜਿਹੜੇ ਜੇ ਤੁਹਾਡੀ ਉਹਦੇ ਵਿੱਚ ਕੋਈ ਅਚੀਵਮੈਂਟ ਸਾਡੇ ਸਟੂਡੈਂਟ ਦੇ ਬਾਰੇ ਦੱਸੋ ਮੈਂ ਕਹਿਣਾ ਚਾਹਾਂਗਾ ਕਾਲਜ ਦੇ ਵਿੱਚ ਜਦੋਂ ਮੈਂ ਫਾਈਨ ਆਰਟ 'ਚ ਐਡਮਿਸ਼ਨ ਲਿਆ ਸੀਗਾ ਪ੍ਰੋਫੈਸਰ ਹਮੀਰ ਸਿੰਘ ਸਾਡੇ ਪ੍ਰੋਫੈਸਰ ਸੀਗੇ ਉਹਨਾਂ ਨੇ ਮੈਨੂੰ ਕਲੇ ਮੈਨੂੰ ਪਤਾ ਹੀ ਨਹੀਂ ਸੀ ਕਲੇ ਆਰਟ ਹੁੰਦਾ ਕੀ ਆ ਪਰ ਨਿੱਕੇ ਹੁੰਦੇ ਮਿੱਟੀ ਦੇ ਖਿਡੌਣੇ ਬਣਾਉਣੇ ਇਹ ਸਾਰੇ ਅੱਜ ਕੱਲ੍ਹ ਕਰਦੇ ਹੀ ਆ ਹੁਣ ਵੀ ਚੱਲਦਾ ਕਿਤੇ ਨਾ ਕਿਤੇ ਪਿੰਡਾਂ 'ਚ ਬੱਚੇ ਖਿਡੌਣੇ ਬਣਾਉਂਦੇ ਆ ਤਾਂ ਮੈਂ ਕਲੇ ਆਰਟ ਦੇ ਵਿੱਚ ਪਾਰਟੀਸਪੇਟ ਕਰਦਾ ਸੀ ਔਰ ਮੈਂ ਦੱਸਣਾ ਚਾਹਾਂਗਾ ਮੈਂ ਤਿੰਨੋਂ ਸਾਲ ਪ੍ਰੋਸਪੈਕਟ ਦੇ ਵਿੱਚ ਮੇਰੀ ਫੋਟੋ ਆਉਂਦੀ ਰਹੀ ਤਿੰਨੋਂ ਸਾਲ ਮੈਂ ਇੰਟਰ ਜੋਨਲ ਤੱਕ ਪ੍ਰਾਈਜ਼ ਜਿੱਤਿਆ ਹੋਇਆ ਔਰ ਦੈਨ ਮੈਂ ਫਸਟ ਪ੍ਰਾਈਜ਼ ਹੀ ਜਿੱਤਦਾ ਆਇਆ ਮੈਂ ਥੈਂਕ ਯੂ ਕਰਨਾ ਚਾਹੂੰਗਾ ਪ੍ਰੋਫੈਸਰ ਰਮੇਸ਼ ਸਿੰਘ ਗੌਰਮੈਂਟ ਕਾਲਜ ਟਾਂਡਾ ਤੋਂ ਤੁਸੀਂ ਸਾਡੇ ਦਰਸ਼ਕ ਵੀਰਾਂ ਨੂੰ ਜਾਂ ਆਉਣ ਵਾਲੀ ਪੀੜ੍ਹੀ ਨੂੰ ਦੁਆਰਾ ਤੋਂ ਕੋਈ ਨਾ ਕੋਈ ਵਧੀਆ ਸੰਦੇਸ਼ ਦੇਣਾ ਚਾਹੋਗੇ ਹਾਂਜੀ ਮੈਂ ਬਿਲਕੁਲ ਸੰਦੇਸ਼ ਦੇਣਾ ਚਾਹਾਂਗਾ ਪੰਜਾਬ ਦੀ ਪੀੜ੍ਹੀ ਦੇਖੋ ਅੱਜ ਕੱਲ੍ਹ ਨਸ਼ਿਆਂ ਵੱਲ ਬਹੁਤ ਜਾ ਰਹੀ ਆ ਪੰਜਾਬ ਦੇ ਵੀਰਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੀ ਕਲਾ ਨੂੰ ਪਹਿਚਾਣੋ ਨਸ਼ੇ ਵੱਲ ਨਾ ਜਾਵੋ ਨਸ਼ਾ ਜਿਹੜਾ ਆ ਉਹ ਤਬਾਹੀ ਦਾ ਘਰ ਆ ਦੇਖੋ ਕਿੰਨੀਆਂ ਮਾਵਾਂ ਦੇ ਪੁੱਤ ਚਲੇ ਜਾਂਦੇ ਆ ਮਾਵਾਂ ਰੋਂਦੀਆਂ ਆ ਪਰ ਉਹ ਬੰਦਾ ਵਾਪਸ ਮੁੜ ਕੇ ਨਹੀਂ ਆਉਂਦਾ ਦੇਖੋ ਕਿੰਨੀਆਂ ਮੁਸ਼ੱਕਤਾਂ ਤੋਂ ਬਾਅਦ ਇਨਸਾਨ ਰੂਪ ਮਿਲਦਾ ਆ ਸਾਨੂੰ ਇਨਸਾਨ ਰੂਪ ਦੇ ਵਿੱਚ ਸਾਨੂੰ ਜਾਣਨਾ ਚਾਹੀਦਾ ਕਿ ਪਰਮਾਤਮਾ ਨੇ ਸਾਨੂੰ ਕਿਹੜੇ ਗੁਣ ਪਾ ਕੇ ਧਰਤੀ 'ਤੇ ਭੇਜਿਆ ਆ
इस लई सानूं अपने गुणां की पहचान करके उहदे विच ही अगे वधना चाहीदा है। यही मैं संदेश देना चाहुंदा हां। दोस्तों ये सन नरेंद्र जी टांडा। अगर किसी भीर ने डेकोरेशन का कोई समान लेना हो, सीखना हो, इन्होंने को फाइन आर्ट की कला सीखनी हो तो शहर टांडा के आप डिस्क्रिप्शन के इन का नंबर भी पा देंगे ता जो तुम इन्होंने सीधा कंटैक्ट करके इन्हें अपनी जानकारी होर बता सकते फाइन आर्ट की। तो डेकोरेशन का समान बना सीखना हो इन्होंने को खरीद दू सकते हो। आप आस करते हैं कि साड़ी अज की गलबात तुम वधिया लगी होएगी। साड़ी इस वीडियो नूं वध तों वध चैनल नूं सबसक्राइब करो और वध तों वध शेयर करो। धन्यवाद। मिलते हैं अगली गलबात लई नैक्सट वीडियो।